फस गया भाई, फड़ ला। ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ, ਸਵਾਗਤ ਕਰਦੇ ਹਾਂ ਤੁਹਾਡਾ ਸੰਧੂ ਬਲਾਗ 'ਚ। ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਤੇ ਆਪਾਂ ਵੀ ਠੀਕ ਠਾਕ ਹਾਂ। ਟਾਈਮ ਹੋ ਗਿਆ 6 ਵੱਜ ਗਏ ਆ ਤੇ ਆਪਾਂ ਖੜ੍ਹੇ ਹਾਂ ਅਜੈਨ ਵਾਲੇ ਮੋੜ 'ਤੇ, ਅਜੈਨ ਵੱਲ ਮੁੜ ਕੇ ਅਤੇ ਬੈਟਰੀ ਆਪਣੇ ਨਾਲ ਹੀ ਖੜ੍ਹ ਗਏ। ਰਾਤੀ ਇੱਦਾਂ ਇਹਨੂੰ ਸਿੱਧਾ ਜਾਣਾ ਆ ਰਤਲਾਮ ਨੂੰ ਅਤੇ ਆਪਾਂ ਜਾਣਾ ਅਜੈਨ ਨੂੰ। ਅਤੇ ਆਪਣਾ ਮਾਲ ਹੈਗਾ ਆ ਦਵਾਸ ਨਾਕੇ ਦਾ, ਇਹਦਾ ਮਾਲ ਹੈਗਾ ਆ ਮੇਘਨਗਰ ਦਾ। ਅਤੇ ਖਾਲੀ ਕਰਕੇ ਦੇਖਦੇ ਹਾਂ ਕੀ ਬਣਦਾ ਆ। ਅਮਲੀ ਰੱਖਦਾ ਸਰੀਰ, ਬਾਕੀ ਸਮਝਦਾਰ ਹੀ ਆ। ਅਮਲੀ ਸਾਡੇ ਚੋਂ ਕੋਈ ਨੀ ਗਾ, ਸਮਝਦਾਰ ਹੋ ਤੁਸੀਂ, ਅਮਲੀ ਸਾਡੇ ਚੋਂ ਕੋਈ ਨੀ। ਕਿਆ ਬਿਲਕੁਲ ਸਹੀ ਗੱਲ ਆ, ਰਾਤ ਦੀ ਜੰਗ ਬਹੁਤ ਭਾਰੀ ਚੱਲ ਰਹੀ ਆ। ਜੰਗ ਸਾਨੂੰ ਉਲਝਾ ਲੈਂਦੀ ਆ ਕਈ ਵੇਲੇ, ਫੇਰ ਸਾਡਾ ਬਲੌਗ ਲੇਟ ਹੁੰਦਾ, ਓਦਾਂ ਨੀ ਹੁੰਦਾ। ਚਲੋ ਬਾਕੀ ਮਿਲਦੇ ਆ ਮੈਂ ਤੁਹਾਨੂੰ ਚਾਹ ਚੁੱਕੀ। ਲਓ ਮਤਲਬ ਚੱਲ ਪਏ ਆਪਾਂ ਉੱਥੋਂ ਚਾਹ ਚੂਹ ਪੀ ਕੇ, ਅਤੇ ਸੂਰਜ ਚੜ੍ਹ ਰਿਹਾ ਉੱਧਰ ਦੇਖ ਸਕਦੇ ਹਾਂ ਤੁਸੀਂ। ਜੇ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਮਿੱਤਰਾ, ਨਹੀਂ ਡਿੱਗਣ ਡੁੱਬਦੇ ਨੂੰ ਕੋਈ ਨਹੀਂ ਕਰਦਾ, ਇੱਧਰ ਕਹਿੰਦੇ ਹੁੰਦੇ ਹਨ। ਅਤੇ ਬਾਕੀ ਗੱਗਾ ਸੇਠ ਜੀ ਚਲਾ ਰਹੇ ਹੈ ਗਾੜੀ, ਸੁਬਹਾ ਸੁਬਹਾ ਗਾਗਾ ਜੀ ਨੇ ਕਰ ਦਿਆ ਥਾ ਕਾਮ, ਸਵੇਰੇ ਸਵੇਰੇ ਝੰਡੀ ਕਰਾ ਲਈ ਇਹਨੇ ਨਿਰਣੇ ਕਾਲਜ ਜੀ। ਚੱਲ ਕੋਈ ਨਹੀਂ, ਕੀ ਪ੍ਰੋਗਰਾਮ ਸਮਾਚਾਰ ਆ, ਖੜਦੀ ਸਿੱਧਾ ਹੀ ਇਹਨਾਂ ਦੇ ਕੋਲ ਦੇ। ਜਾਣਦੇ ਜਾਣਦੇ ਤੂੰ ਬ੍ਰੇਕ ਕਿਉਂ ਲਾ ਰਿਹਾ, ਹੁਣ ਲਾਲੀ ਸਾਈਡ ਤੇ ਤੂੰ ਜਾਣਦੇ, ਤੇ ਥੋੜਾ ਥੋੜਾ ਪਾਇਲਟ ਹੋ ਜਾਣਾ ਉਹ ਡੰਡਾ ਜਿਹਾ ਚੱਕ ਇੱਧਰ ਕਰਨਾ ਪੈਣਾ। ਹਾਰਨ ਮਾਰ ਨੂੰ ਹਾਰਨ ਮਾਰ, ਜਿੱਥੇ ਮਾਰਨ ਦੀ ਲੋੜ ਉੱਥੇ ਮਾਰਦਾ ਨੀ, ਮਾਰਦਾ ਕਿਉਂ ਨੀ ਪਿਆ। ਲਓ ਵੀ ਮਿੱਤਰਾਂ ਦੇ ਵੇਲੀ ਉਹ ਟਾਈਮ ਹੋ ਗਿਆ 8:17, ਤੋਂ ਹਮ ਪਹੁੰਚ ਗਏ ਅਜੈਨ ਵਾਲੇ ਟੋਲ ਟੈਕਸ ਕੇ ਪਾਸ। ਅਤੇ ਇੱਧਰ ਦੇਖ ਲਓ ਤੁਸੀਂ ਦੁਕਾਨਦਾਰੀ ਲੱਗੀ ਹੋਈ ਆ ਪੂਰੀ, ਫੁੱਲ ਵੱਡਾ ਫੁੱਲ ਗੱਡੀਆਂ ਫਟੋਲੇ ਮਾਰ ਕੇ ਕੀ ਕੁਛ ਵਿਕਣ ਡਿਆ ਜੀ। ਹਾਏ ਮੈਂ ਮਰ ਜਾ ਵੀ ਸਿਲੰਡਰ ਤੋਂ, ਰੋਟੀਆਂ ਵੀ ਸਿਲੰਡਰ 'ਤੇ ਲਾਉਂਦੀ ਆ। ਅਤੇ ਜਾਮ ਲੱਗਿਆ ਟੋਲ ਟੈਕਸ 'ਤੇ, ਆਪਾਂ ਨੂੰ ਲੱਗੀ ਹੋਈ ਆ ਭੁੱਖ ਬਹੁਤ ਜ਼ਿਆਦੀ। ਅਤੇ ਕਮੈਂਟ ਕਰਕੇ ਦੱਸੋ ਮੰਦਰ ਕੈਸੀ ਲੱਗ ਰਹੀ ਹੈ, ਹਮੇਂ ਬੇਕਾਰ ਲੱਗ ਰਹੀ, ਹਮ ਉਤਾਰਨੇ ਲਗੇ ਇਸ ਤੋਂ, ਹਮੇਂ ਅੱਛੀ ਨਹੀਂ ਲੱਗ ਰਹੀ। ਅਗਲੀ ਕਲਿੱਪ ਮੈਂ ਆਪਕੋ ਮੰਦਰ ਨਹੀਂ ਮਿਲੇਗੀ, ਚੈਨ ਕੱਢ ਨੁਕਰਾ ਆਈਏ ਆਪਾਂ ਆਪਣੀ, ਅਤੇ ਤੁਹਾਨੂੰ ਧੋਣ ਬਦਲ ਵਿੱਚ ਵੀ ਜਾਂਦੀ ਕੋਈ ਚੱਕਰ ਨਹੀਂ ਆ। ਬਾਕੀ ਚਲੋ ਅਤੇ ਪਰੌਂਠਾ ਮਿਲ ਜਾਵੇ ਤਾਂ ਚੰਗੀ ਬਾਤ ਹੈ, ਨਾ ਮਿਲਿਆ ਤਾਂ ਗੰਦੀ ਬਾਤ ਹੈ। ਲਓ ਮਿੱਤਰੋ ਇਹ ਕੌਣ ਸਾ ਟੂਲ ਹੈ, ਕਿਆ ਨਾਮ ਹੈ ਟੂਲ ਕਾ, ਹੈ ਟੋਲ ਕਾ ਕਿਆ ਨਾਮ ਹੈ? ਉਜੈਨ ਇੰਦੌਰ ਵਾਲੇ ਟੂਲ 'ਤੇ ਪਹੁੰਚ ਗਏ। ਲਓ ਵੀ ਮਿੱਤਰੋ ਆਪਾਂ, ਅਤੇ ਆਪਾਂ ਨੇ ਇੱਥੋਂ ਜਾਣਾ 40 ਕਿਲੋਮੀਟਰ, ਤਾਂ ਕਾਰਾਂ ਦਾ ਰੱਛ ਦੇਖ ਲਓ ਤੁਸੀਂ ਕਿੰਨਾ ਹੈ ਇੱਥੇ। ਕਾਰਾਂ ਹੀ ਕਾਰਾਂ, ਬਾਈ ਕਹਿੰਦਾ ਹਰ ਬੰਦੇ ਨੇ ਤਾਂ ਮੋਟਰਸਾਈਕਲ ਵੇਚ ਕੇ ਕਾਰ ਲੈ ਲੈਂਦਾ ਡਾਉਣ ਤੇ ਮੁੜ ਕੇ।
लो जी मतलब टाइम हो गया 11:12 तो हम पहुंच गए मंगलिया दिवास इंदौर नाचे पे ते गल लगाई कहने में हाँ गल ये अं तो नींद च आई है सवेरे खड़े मेरे छड़े परौठे परौठे ने मंडा रेला उन्होंने सुस्ती बहुत पाई गई सानू फाइनली तो भाई अं खा ले परौठे परौठे ने साडा वह काम खराब किया जो लहर अपना ना हो हम अं कोल्ड ड्रिंक पी आया कि बाकी बाई भी नहीं दसने के लागे बैठे अपने बोल के कुछ नहीं छड़ा मित्रों परौठे ने कुल मिला के उची बोल आवाज नहीं होनी मैं क्या कुछ नहीं छड़ा मित्रों परौठे ने अपना सारे दिमाग जो परौंदी फिर के गाइड नू 300 रुपया भी दिता सी रास्ता सीखने लिए पर वह भी साडा मेरा खूह खाती जाता सही गल है सानू रास्ता फिर नहीं देते रहा कुल मिला के सानू बचे झूठे ते परौंठे ना ते झूठे बचे झूठे चौदह चक्की लाई जाना भारत परदेसी गल कर रहे जेड़ा मिंटू जट आ कमेडी कलाकार ने हाल संघ वाला ओरी गल कर रहे कि दूजे भाने की ना समझ लियो वो करता नहीं हाँ उन्हें वीडियो बनाई ही जोड़ी तकरी सोन दी वो सॉरी वो कहना होर ही गाने गाने लग जाते बच्च ही तो बाकी आप पहुँच गए दवास नाके तो मिलते हैं तुम जाके अगे लो मतलब टाइम हो गया 1:30 बज गया तो गड्डी अपनी लगी है खाली हूँ लगा लिया गड्डी गड्डी कितने खाली होनी अपनी इतने होनी है गड्डी अपनी खाली लगी हूँ मतलब राणी सुंदरा दे वांगू मेरा ना चलता तो इतने ला के रसा तरपाल आप लेना तरपाल तरपूर खोल के उस तो बाद देख रहे हैं रोटी वोटी खा लेंगे कुछ खा देंगे भूख लगी है मेरे को मैं ढूंढ रहा था कुछ तो कल दी अं बहुत गोपी लाऊंगी यही गल बड़ी हुई है भूख लगी थी मेरे को मैं ढूंढ रहा तो अच्छ अभी रोटी वोटी खा देंगे हमारी इधर देख रहे हैं कि मानसून तो मानता कि नहीं मेरे कौन आ गया कहते राणी सुंदरा आ गई पर अपना ना पिछे माल डिगन वाला उत्थे पर डेपू के बुरे उन्होंने चाके अगले अपने अंदर कर बस का की है इतो आ रहा बुरे जो खिसके हुए थले डिगन गए तो चाके इधर कर तो चलो खोलने तरपाल तरपाल मिलने फिर आप थोड़ी देर के बाद गाइस रोटी खान फाइनली बाकी देख रहे आगे की बनता खाली खुली करके देख रहे कोई माल पत्ता माल भी इस तक गिले कर भाई उन्होंने ड्रम च एसी लाया हुआ पानी ठंडा पूरा पीने मिलता कोई दिक्कत नहीं ढाबा कहते तो है इधर बहर है बाकी देख देंगे ढाबा के टापड़ी है दस दें तुम उत जाके बाकी बने रहे आप हमारे ब्लॉग के साथ ताकि आपको हमारी अपडेट सूर में फट दिया बंदे उधर किदाना मतलब कि जगाड़ ही बड़ा घेंट बनाया बाइया ने सूर फटने वाला मोटरसाइकिल का सूर फट दे पतंदर हो जाता वो फस गया भाई फट ला लो मतलब टाइम हो गया 5:20 तो गड्डी अपनी हो गई है खाली मीह आ गया है माड़ा माड़ा जहाँ तो हूँ तो उठ गया लेकिन तो आप हम जाके खड़ते हैं गुरु घर इंदौर माल अपना जो कोई बनया है मेरे जावे भर के इतों गुरद्वारा साहब है कोई 6 किलोमीटर अभी जाके नहाने नुने गग्गा ठीक नहीं गा इन नारियल का पानी पिलाना हो सकता तो टीका भी लगावे
ਬਾਕੀ ਲੱਗੇ ਦੀ ਮਰਜ਼ੀ ਕੀ ਕਰਨਾ ਤੈਨੂੰ ਸੁਣਿਆ ਨਹੀਂ ਹੁਣ ਤੂੰ ਬਲੌਗ ਹੀ ਦੇਖੀ ਫਿਰ ਅਤੇ ਬਾਕੀ ਚਲੋ ਮਿਲਦੇ ਹਾਂ ਪਤਾ ਨੂੰ ਅੱਗੇ ਰੋਡ 'ਤੇ ਹੜ ਗਿਆ ਆਪਾਂ ਉੱਥੋਂ ਲੈ ਗਿਆ ਨਾ ਯੂ ਟਰਨ ਇੱਥੇ ਨਾ ਰਾਮਦੇਵ ਵਾਲਿਆਂ ਨੇ ਉਹ ਕੀਤਾ ਆਹ ਦੇ ਲਓ ਸਾਰੇ ਕੱਟ ਬੰਦ ਕਰਤੇ ਕਹਿੰਦੇ ਇਹੋ ਜੀ ਜਾਮ ਲੱਗਦਾ ਸਾਡੇ ਇੱਥੇ ਕਿ ਤੁਹਾਡੇ ਜ਼ਿਆਦਾ ਜਾਮ ਲੱਗਦਾ ਫਿਰ ਪਿੱਛੇ ਨੂੰ ਮੁੜ ਕੇ ਆਉਣਾ ਪੈਣਾ ਅਤੇ ਬਾਕੀ ਚਲੋ ਕੋਈ ਗੱਲ ਨਹੀਂ ਮੁੜ ਆਵਾਂਗੇ ਇਹ ਦਿੱਕਤ ਵਾਲੀ ਗੱਲ ਨਹੀਂ ਅਤੇ ਮਿਲਦੇ ਹਾਂ ਪਤਾ ਨੂੰ ਚੱਲ ਕੇ ਅੱਗੇ ਵਾਪਸ ਯੂ ਟਰਨ ਲੈ ਕੇ ਮੈਂ ਮਿੱਤਰੋ ਪਹੁੰਚ ਗਿਆ ਆਪਾਂ ਦੌਰ ਗੁਰਦੁਆਰਾ ਸਾਹਿਬ ਅਤੇ ਬਣ ਰਹੀ ਆ ਅੰਦਰ ਬਣੀ ਹੋਈ ਆ ਉਹ ਪੀਣ ਚੱਲੇ ਆਪਾਂ ਅਤੇ ਪੀ ਕੇ ਫਿਰ ਨਹਾਵਾਂਗੇ ਗੱਡੀਆਂ ਰੈਲੀਆਂ ਲੈਣ ਦੇ ਵਿੱਚ ਅਤੇ ਉਹ ਸਾਹਮਣੇ ਆ ਗੁਰੂ ਘਰ ਫੋਟੋ ਖਿੱਚ ਲਈਏ ਥੰਬਨੇਲ ਦੇ ਲਾ ਦਾਂਗੇ ਗੱਡੀ ਸਾਈਡ 'ਤੇ ਹੀ ਬਣ ਗਿਆ ਅਤੇ ਆਹ ਖੜੀ ਕਰਤੀ ਆਪਾਂ ਨੇ ਇੱਥੇ ਗੱਡੀ ਆਪਣੀ ਅਤੇ ਹੁਣ ਨਹਾ ਨੂ ਕੇ ਦੇਖਦੇ ਹਾਂ ਟਰਾਂਸਪੋਰਟ ਨੂੰ ਕਰਤਾ ਫੋਨ ਕਹਿੰਦਾ ਮੈਂ ਦੱਸ ਦੂੰਗਾ ਤੁਹਾਨੂੰ ਟਾਈਮ ਆਪਾਂ ਲਾਉਂਦੇ ਹਾਂ ਆਪਣਾ ਨੇ ਮਿੱਤਰ ਟਾਈਮ ਹੋ ਗਿਆ 7:21 ਅਤੇ ਆਪਾਂ ਨਹਾ ਨੂੰ ਲਿਆ ਨਹਾ ਕੇ ਆਪਾਂ ਵੀਡੀਓ ਬਣਾਈ ਨਹੀਂ ਆਪਾਂ ਚਾਹ ਪੀਣ ਗਏ ਅੰਦਰ ਲੰਗਰ ਹਾਲ 'ਚ ਅਤੇ ਉੱਥੇ ਬਾਬੇ ਨੇ ਲਾ ਲਿਆ ਆਪਾਂ ਨੂੰ ਆਲੂ ਛਿੱਲਣ ਕੱਲ੍ਹ ਪ੍ਰੋਗਰਾਮ ਹੈ ਇੱਥੇ ਕੋਈ ਗੁਰਦੁਆਰਾ ਸਾਹਿਬ 'ਚ ਤਾਂ ਉੱਥੇ ਲੱਗ ਗਏ ਆਪਾਂ ਆਲੂ ਛਿੱਲਣ ਨਾਲ ਸੇਵਾ ਕਰਾਉਣ ਅਤੇ ਹੁਣ ਮਾਲ ਤਾਂ ਆਪਣਾ ਸਵੇਰ ਨਹੀਂ ਬਣਨਾ ਅਤੇ ਬਲੌਗ ਦਾ ਕਰਦੇ ਹਾਂ ਬਾਈ ਇੱਥੇ ਐਂਡ ਅਤੇ ਜੇ ਬਾਈ ਤੁਹਾਨੂੰ ਇੱਥੇ ਤੱਕ ਵੀਡੀਓ ਦਾ ਕੋਈ ਵੀ ਪਾਰਟ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਵੇ ਤੁਹਾਡਾ ਸਭ ਤੋਂ ਪਹਿਲਾਂ ਮਿਲਦੇ ਹਾਂ ਕਿਸੇ ਅਗਲੇ ਬਲੌਗ 'ਚ ਚੰਗਾ ਜੀ ਸਤਿ ਸ਼੍ਰੀ ਅਕਾਲ ਅਤੇ ਰੱਬ ਰੱਖਾ ਆਪਣਾ ਖਿਆਲ ਰੱਖੋ ਅਤੇ ਆਪਣੇ ਪਰਿਵਾਰ ਦਾ